हेलो, सत श्री अकाल जी सारिया नूं। अज साडे ट्रिप दा सी फिर चौथा दिन। असीं बहुत ही थक गए सीगे ते असीं फिर शाम नूं गए घूमण। रास्ते विच ही असीं अंबानी दा घर देखिया सी। तो उस तो बाद एक लता मंगेशकर जी दा बंगला सी, और उस तो बाद असी एक पार्क देखन जा रहे हैं। छब्बी ग्यारह के अटैक विच जो सिपाही इत्थे शहीद होए सी, ये उन्होंने नाम तक चौक बनाया हुआ है। तो अगे जाके पार्क शुरू हो जाता है। ये पार्क अंदर बहुत ही सोहना सी। वीडियो विच इन्ना सोहना नहीं लग रहा देखने, पर बहुत ही सोहना सी। हर एक जगह पर इतने लाइटा लगिया हुई सी, ते दरख्त भी सारे क्रिस्टल तरह लग रहे सी। ਅਸੀਂ ਫੋਟੋਆਂ ਵੀ ਕਰਵਾਈਆਂ, ਥੋੜ੍ਹੀ ਦੇਰ ਘੁੰਮੇ ਫਿਰੇ ਅਸੀਂ ਇੱਥੇ। ਅਤੇ ਪਿੱਪਲ ਦੇ ਬੋਹੜ ਦੇ ਦਰੱਖਤ ਦੇ ਉੱਪਰ ਤੋਤੇ ਅਤੇ ਕਬੂਤਰ ਲਟਕੇ ਹੋਏ ਸੀ, ਉਹਨਾਂ 'ਚ ਵੀ ਲਾਈਟਾਂ ਜਗ ਰਹੀਆਂ ਅਤੇ ਬਹੁਤ ਹੀ ਸੋਹਣੇ ਲੱਗ ਰਹੇ ਸੀ। ਪਾਰਕ ਵਿੱਚ ਘੁੰਮਦੇ ਘੁੰਮਦੇ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਦੀ ਹਾਂ ਇੱਥੋਂ ਦੀ, ਜੋ ਮੈਨੂੰ ਬਹੁਤ ਹੀ ਵਧੀਆ ਲੱਗੀ। ਇੱਥੇ ਜਦੋਂ ਤੁਸੀਂ ਬੱਸ 'ਚ ਚੜ੍ਹਨਾ ਨਾ, ਤਾਂ ਪਹਿਲਾਂ ਇੱਥੇ ਲਾਈਨ ਬਣਾਉਂਦੇ ਆ, ਪਿਛਲੀ ਖਿੜਕੀ ਵਿੱਚੋਂ ਦੀ ਚੜ੍ਹੋ ਅਤੇ ਅਗਲੀ ਖਿੜਕੀ ਵਿੱਚੋਂ ਦੀ ਉਤਰੋ। ਇਹ ਇੱਥੋਂ ਦਾ ਰੂਲ ਹੈ ਜੋ ਬਹੁਤ ਹੀ ਵਧੀਆ ਲੱਗਾ ਮੈਨੂੰ। ਕੋਈ ਇੱਕ ਦੂਸਰੇ ਨੂੰ ਧੱਕਾ ਨਹੀਂ ਮਾਰਦਾ ਇੱਥੇ। ਅਤੇ ਦੂਸਰਾ, ਚਾਹੇ ਤੁਸੀਂ ਆਟੋ 'ਚ ਜਾਣਾ, ਚਾਹੇ ਤੁਸੀਂ ਗੱਡੀ 'ਚ ਜਾਣਾ, ਅਤੇ ਮੀਟਰ ਲੱਗਾ ਹੁੰਦਾ, ਉਸ ਹਿਸਾਬ ਨਾਲ ਹੀ ਪੇਮੈਂਟ ਹੁੰਦੀ ਹੈ। ਅਤੇ ਇੱਥੋਂ ਦੇ ਲੋਕ ਹੈ ਜੋ ਵਧੀਆ ਸ਼ਾਂਤ ਸੁਭਾਅ ਦੇ ਹੈ। ਇੱਥੇ ਆਪਾਂ ਨੂੰ ਜ਼ਿੰਦਗੀ ਵਿੱਚ ਘੁੰਮਣਾ ਫਿਰਨਾ ਵੀ ਚਾਹੀਦਾ ਹੈ, ਅਤੇ ਆਪਾਂ ਬਾਹਰ ਜਾਣਾ ਤਾਂ ਆਪਾਂ ਨੂੰ ਸਿੱਖਣ ਨੂੰ ਵੀ ਬਹੁਤ ਕੁਛ ਮਿਲਦਾ ਹੈ। ਇੱਥੇ ਸ਼ਾਮ ਦੇ ਟਾਈਮ ਲੋਕ ਵੀ ਘੁੰਮ ਰਹੇ ਸੀ ਕਾਫੀ ਸਾਰੇ। ਬੰਬੇ ਸਾਨੂੰ ਬਹੁਤ ਹੀ ਵਧੀਆ ਲੱਗਾ। ਪਾਰਕ ਤੋਂ ਬਾਅਦ ਅਸੀਂ ਗਏ ਬਾਜ਼ਾਰ। ਉੱਥੇ ਅਸੀਂ ਕਰੀ ਥੋੜ੍ਹੀ ਜਿਹੀ ਸ਼ੋਪਿੰਗ। ਪਹਿਲਾਂ ਅਸੀਂ ਪਰਫਿਊਮ ਲਿਆ। ਪਰਫਿਊਮ ਇੱਥੇ ਬਹੁਤ ਮਹਿੰਗਾ ਸੀ, ਪਰ ਖੁਸ਼ਬੂ ਬਹੁਤ ਵਧੀਆ ਸੀ। ਇੱਕ ਹੈਂਡ ਬੈਗ ਲਿਆ ਮੈਂ, ਅਤੇ ਇੱਕ ਛੋਟਾ ਜਿਹਾ ਪੋਟ, ਅਤੇ ਥੋੜ੍ਹੇ ਜਿਹੇ ਕੱਪੜੇ ਲਏ ਸੀ ਅਸੀਂ। ਉਸ ਤੋਂ ਬਾਅਦ ਅਸੀਂ ਡਿਨਰ ਕਰਿਆ। ਉਹ ਵੀਡੀਓ ਮੇਰੇ ਤੋਂ ਮਿਸ ਹੋ ਗਈ। ਅਤੇ ਉਸ ਤੋਂ ਬਾਅਦ ਦੂਸਰੇ ਦਿਨ ਇੱਕ
ਟਿਕਟਾਂ ਸਾਡੀਆਂ ਬੁੱਕ ਕਰਾਈਆਂ ਹੋਈਆਂ ਸੀ ਔਨਲਾਈਨ ਤੇ ਫਿਰ ਅਸੀਂ ਆ ਗਏ ਵਾਪਸ। ਮੁੰਬਈ ਦਾ ਟ੍ਰਿਪ ਬਹੁਤ ਹੀ ਵਧੀਆ ਰਿਹਾ, ਬਹੁਤ ਇੰਜੋਏ ਕਰਿਆ ਅਸੀਂ ਤੇ ਦੂਸਰੇ ਦਿਨ ਅਸੀਂ ਘਰ ਆ ਗਏ ਵਾਪਸ। ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ। ਮੇਰੇ ਚੈਨਲ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ। ਮਿਲਦੇ ਹਾਂ ਨਵੀਂ ਵੀਡੀਓ।